ਸਵਾਗਤ ਹੈ ਦੋਸਤੋ ਤੁਹਾਡਾ ਸਵਾਗਤ ਆਪਣੇ ਚੈਨਲ ਜੀਐਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਜਮਾਤ 8ਵੀਂ ਪੰਜਾਬੀ ਦਾ ਫੁਲੀ ਸੋਲਡ ਪੇਪਰ ਜੋ ਕਿ ਤੁਹਾਨੂੰ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨਾਲ-ਨਾਲ ਫਾਈਨਲ ਪ੍ਰੀਖਿਆਵਾਂ ਦੇ ਵਿੱਚ ਵੀ ਬਹੁਤ ਹੀ ਹੈਲਪਫੁਲ ਹੋਵੇਗਾ ਸਾਰੇ ਇੰਪੋਰਟੈਂਟ ਕੁਐਸਚਨ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕੀਤੇ ਜਾਣਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਸੇ ਤਰ੍ਹਾਂ ਸਾਰੇ ਐਗਜ਼ਾਮ ਦੀ ਤਿਆਰੀ ਇਸ ਚੈਨਲ ਉੱਪਰ ਕਰਵਾਈ ਜਾਵੇਗੀ ਤੇ ਨਾਲ ਹੀ ਜੇਕਰ ਕੋਈ ਲੇਟਸਟ ਅਪਡੇਟ ਆਂਦਾ ਹੈ ਉਹ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਉੱਪਰ ਦੇਖਣ ਨੂੰ ਮਿਲਦਾ ਰਹੇਗਾ ਸੋ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਕੇ ਨਾਲੇ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ ਜ਼ਿਆਸਮਾ ਵਿਸਥਾ ਕਰਦੇ ਹੋਏ ਚਲੋ ਪਾਜ਼ੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੰਜਾਬੀ ਫਰਸਟ ਲੈਂਗੁਏਜ ਕਲਾਸ 8th ਸਮਾਂ ਤਾਂ 3 ਘੰਟੇ ਤੱਕ ਜਾਵੇਗਾ ਤੇ ਕੁੱਲ 90 ਅੰਕ ਦਾ ਤੁਹਾਨੂੰ ਇਹ ਪੇਪਰ ਆਵੇਗਾ ਪ੍ਰਸ਼ਨ ਪਹਿਲਾ ਸੁੰਦਰ ਲਿਖਾਈ ਲਈ ਨਿਰਧਾਰਿਤ ਕੀਤੇ ਗਏ ਅੰਕ ਸੋ 5 ਅੰਕ ਤੁਹਾਨੂੰ ਸੁੰਦਰ ਲਿਖਾਈ ਦੇ ਲਈ ਦਿੱਤੇ ਜਾਣਗੇ ਪਾਗ ਊੜਾ ਪ੍ਰਸ਼ਨ ਦੂਸਰਾ ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਸੋ ਇੱਕ ਤੁਹਾਨੂੰ ਪਹਿਰੇ ਦਿੱਤਾ ਜਾਵੇਗਾ ਇਸ ਨੂੰ ਪਹਿਲਾਂ ਦੁਬਾਰੀ ਧਿਆਨ ਨਾਲ ਪੜ੍ਹਨਾ ਹੈ ਦੋਸਤੋ ਬਾਅਦ ਇਸ ਪੈਰੇ ਦੇ ਵਿੱਚੋਂ ਤੁਹਾਨੂੰ ਕੁਝ ਪ੍ਰਸ਼ਨ ਪੁੱਛੇ ਜਾਣਗੇ ਉਹਨਾਂ ਦੇ ਉੱਤਰ ਉਸ ਦੇਣੇ ਹੋਣਗੇ ਸੋ ਹਰ ਇੱਕ ਪ੍ਰਸ਼ਨ 1 ਇੱਕ ਅੰਕ ਦਾ ਹੋਵੇਗਾ ਪ੍ਰਸ਼ਨ ਪਹਿਲਾ ਰੂਪਨਗਰ ਦਾ ਪਹਿਲਾ ਨਾਂ ਕੀ ਸੀ ਉੱਤਰ ਆਪਸ਼ਨ ਆੜਾ ਰੋਪੜ ਦੂਸਰਾ ਕੁਐਸਚਨ ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਉੱਤਰ ਆਪਸ਼ਨ ਈਡੀ ਸ਼ਿਵਾਲਿਕ ਪਹਾੜੀਆਂ ਤੀਸਰਾ ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ਉੱਤਰ ਆਪਸ਼ਨ ਊੜਾ ਸਤਲੁਜ ਚੌਥਾ ਪ੍ਰਸ਼ਨ ਰੂਪਨਗਰ ਸ਼ਹਿਰ ਦਾ ਨਾਮ ਕਿਸ ਕਾਰਨ ਟੁਕਵਾ ਹੈ ਸੋ ਉੱਤਰ ਆਵੇਗਾ ਆਪਸ਼ਨ ਆੜਾ ਸੁੰਦਰਤਾ ਅ ਪ੍ਰਸ਼ਨ ਪੰਜਵਾਂ ਰੋਪੜ ਦਾ ਨਾਮ ਬਦਲਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ਉੱਤਰ ਆਪਸ਼ਨ ਊੜਾ ਗਿਆਨੀ ਜੈਲ ਸਿੰਘ ਸੋ ਇਸੇ ਤਰ੍ਹਾਂ ਦੇ ਪਹਿਲੇ ਪੈਰੇ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਸੋ ਤੀਸਰਾ ਕੁਐਸਚਨ ਹੈ ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਸੋ ਹੁਣ ਵੀ ਤੁਹਾਨੂੰ ਇੱਕ ਪੈਰਾ ਇਸ ਕੁਐਸਚਨ ਦੇ ਵਿੱਚ ਵੀ ਤੁਹਾਨੂੰ ਇੱਕ ਪੈਰਾ ਦਿੱਤਾ ਜਾਵੇਗਾ ਇਸ ਦੇ ਵਿੱਚੋਂ ਵੀ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਸੋ ਕੁੱਲ ਪੰਜਾਂ ਦਾ ਤੁਹਾਡਾ ਦੂਸਰਾ ਪੈਰਾ ਹੋਵੇਗਾ ਕੁਐਸਚਨ ਹੈ ਡਾਕਟਰ ਮਹਿੰਦਰ ਸਿੰਘ ਰੰਦਾਵਾ ਦਾ ਜਨਮ ਕਿੱਥੇ ਹੋਇਆ ਉੱਤਰ ਆਪਸ਼ਨ ਈ ਡੀ ਜੀ ਦਾ ਦੇ ਵਿੱਚ ਦੂਸਰਾ ਕੁਐਸਚਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ 10ਵੀਂ ਕਿਹੜੇ ਸਾਲ ਵਿੱਚ ਪਾਸ ਕੀਤੀ ਉੱਤਰ ਆਪਸ਼ਨ ਊੜਾ 1924 ਈਸਵੀ ਦੇ ਵਿੱਚ ਤੀਸਰਾ ਕੁਐਸਚਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਮੁੱਖ ਕਮਿਸ਼ਨਰ ਕਿਹੜੇ ਸ਼ਹਿਰ ਵਿੱਚ ਲਗਾਇਆ ਗਿਆ ਉੱਤਰ ਆਪਸ਼ਨ ਅੜਾ ਚੰਡੀਗੜ੍ਹ ਦੇ ਵਿੱਚ ਚੌਥਾ ਕੁਐਸਚਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਤੋਂ ਕਿਹੜੀ ਡਿਗਰੀ ਪ੍ਰਾਪਤ ਕੀਤੀ ਉੱਤਰ ਆਪਸ਼ਨ ਅੜਾ ਡਾਕਟਰ ਰੇਡ ਦੀ ਪੰਜਵਾਂ ਪ੍ਰਸ਼ਨ ਡਾਕਟਰ ਮੋਹਿੰਦਰ ਸਿੰਘ ਰੰਧਾਵਾ ਦੇ ਪਿਤਾ ਦਾ ਨਾਮ ਕੀ ਸੀ ਉੱਤਰ অপਸ਼ਨ ਈ ਡੀ ਸ਼ੇਰ ਸਿੰਘ ਸੋ ਇਸ ਦੇ ਦੂਸਰੇ ਪੈਰਾ ਨਾਲ ਸੰਬੰਧਿਤ ਪ੍ਰਸ਼ਨ ਫਿਰ ਹੈ ਪ੍ਰਸ਼ਨ ਚੌਥਾ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਇਹ ਹੈ ਤੁਹਾਡਾ ਤੀਸਰਾ ਪੈਰਾ ਇਸ ਦੇ ਵਿੱਚੋਂ ਤੁਹਾਨੂੰ ਇੱਕ ਪੈਰਾ ਦਿੱਤਾ ਗਿਆ ਤੇ ਇਸ ਦੇ ਵਿੱਚੋਂ ਹੀ ਤੁਹਾਨੂੰ ਕੁਝ ਕੁਐਸਚਨ ਪੁੱਛੇ ਜਾਣਗੇ ਸੋ ਇਹ ਵੀ 5 ਅੰਕ ਦਾ ਹੋਵੇਗਾ ਸੋ ਪਹਿਲਾ ਕੁਸ਼ਨ ਹੈ ਪੈਰੇ ਵਿੱਚੋਂ ਦੋ ਖਾਸ ਨਾਮ ਦੱਸੋ ਉੱਤਰ ਸ਼ੈਦ ਮੁਹੰਮਦ ਅਤੇ ਬਾਬਾ ਫਰੀਦ ਜੀ ਦੂਸਰਾ ਪੈਰੇ ਵਿੱਚ ਆਏ ਕੋਈ ਯੋਜਕਾਂ ਦੇ ਨਾਂ ਦੱਸੋ ਉੱਤਰ ਤੇ ਅਤੇ ਅਤੇ ਤੀਸਰਾ ਪੈਰੇ ਵਿੱਚ ਆਏ ਕੋਈ ਦੋ ਗੁਣਵਾਚਕ ਵਿਸ਼ੇਸ਼ਣ ਦੱਸੋ ਉੱਤਰ ਕਾਫੀ ਕਮਜ਼ੋਰ ਤੇ ਦੂਸਰਾ ਹੈ ਉੱਤਮ ਚੌਥਾ ਪ੍ਰਸ਼ਨ ਰੂਪਨਗਰ ਕਿਸ ਨੇ ਵਸਾਇਆ ਸੀ ਤੇ অপਸ਼ਨਸ ਪਰਸਲ ਦੇ ਹੂੰ ਸਹੀ ਉੱਤਰ ਆਵੇਗਾ অপਸ਼ਨ ਅ ਰਾਜਾ ਰੁਕੇਸ਼ਰ ਨੇ ਪੰਜਵਾਂ ਅਜੋਕੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ਉੱਤਰ অপਸ਼ਨ ਸ 22 ਜ਼ਿਲ੍ਹੇ ਸੋ অপਸ਼ਨ ਸ ਸਹੀ ਉੱਤਰ ਆਵੇਗਾ ਤੇ ਇਸੇ ਤਰ੍ਹਾਂ ਦੇ ਤੀਸਰੇ ਪੈਰੇ ਨਾਲ ਸੰਬੰਧਿਤ ਪ੍ਰਸ਼ਨ ਪੰਜਵਾਂ ਹੈ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਜੇ ਉੱਚੀ ਤੁਹਾਨੂੰ ਇੱਕ ਪੈਰੇ ਦਿੱਤਾ ਗਿਆ ਹੈ ਤੇ ਇਸ ਪੈਰੇ ਦੇ ਵਿੱਚ ਤੁਹਾਨੂੰ ਕੁਝ ਕੁਐਸਚਨ ਪੁੱਛੇ ਜਾਣਗੇ ਪਵਿੱਤਰ ਸ਼ਬਦ ਦਾ ਟੁਕਮਾ ਵਿਰੋਧੀ ਸ਼ਬਦ ਚੁਣੋ ਉੱਤਰ ਆਪਸ਼ਨ ਊੜਾ ਅਪਵਿੱਤਰ ਦੂਸਰਾ ਪੈਰੇ ਵਿੱਚ ਆਏ ਦੋ ਪੁਰਖਵਾਚਕ ਪੜਨਾਮ ਦੱਸੋ ਉੱਤਰ ਉਹਨਾਂ ਅਤੇ ਆਪਣੀ ਤੀਸਰਾ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਸੋ ਨਿੱਕੇ ਦਾ ਆਵੇਗਾ ਵੱਡਾ ਮੁਹੱਬਤ ਦਾ ਆਵੇਗਾ ਨਫ਼ਰਤ ਚੌਥਾ ਮਾਰੂਥਲ ਵਾਲੀ ਥਾਂ ਤੇ ਬਹੁਤ ਪਹਿਲਾਂ ਕੀ ਹੁੰਦਾ ਸੀ ਸੋ ਆਪਸ਼ਨਸ ਪੜ ਸਕਦੇ ਹਾਂ ਤੇ ਸਹੀ ਉੱਤਰ ਆਵੇਗਾ ਹਰਾ ਭਰਾ ਜੰਗਲ ਨੈਕਸਟ ਇੱਕ ਦਿਨ ਜੰਗਲ ਦੇ ਪਾਸਿਓਂ ਕੋਣ ਲੰਘਿਆ ਉੱਤਰ ਆਪਸ਼ਨ ਈਡੀ ਫਕੀਰ ਫੇਰ ਨੈਕਸਟ ਕੁਐਸਚਨ ਪ੍ਰਸ਼ਨ 6ਵਾਂ ਪਹਿਲੇ ਨੂੰ ਪੜ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਇਹ ਵੀ 5 ਅੰਕ ਦਾ ਹੋਵੇਗਾ ਹੇਠ ਦਿੱਤਿਆਂ ਦੇ ਲਿੰਗ ਬਦਲੋ ਗੋਂਡੀ ਦਾ ਆਵੇਗਾ ਗਵਾਂਡਣ ਜਵਾਨ ਦਾ ਆਵੇਗਾ ਮੋਟਿਆਰ ਦੂਸਰਾ ਪੈਰੇ ਵਿੱਚ ਆਏ ਦੋ ਸੰਬੰਧਵਾਚਕ ਪੜਨਾਮ ਲਿਖੋ ਉਤਰ ਨੇ ਅਤੇ ਦਾ ਤੀਸਰਾ ਹੈ ਪੈਰੇ ਵਿੱਚ ਆਏ ਕੋਈ ਦੋ ਖਾਸ ਨਾਮ ਲਿਖੋ ਉਤਰ ਗੁਰੂ ਗੋਬਿੰਦ ਸਿੰਘ ਜੀ ਤੇ ਦੂਸਰੇ ਹਨ ਸਰਦਾਰ ਸ਼ਾਮ ਸਿੰਘ ਚੌਥਾ ਫੋਜਾਂ ਵਿੱਚ ਕਿਸ ਦਾ ਨਸ਼ਾਸੀ ਉਤਰ ਆਪਸ਼ਨ ਅੜਾ ਸਰਹੱਦ ਪਾਰ ਹੋਣ ਦਾ ਪੰਜਵਾਂ ਸਰਹੰਦ ਦੀ ਇਟ ਨਾਲ ਇਟ ਕਿਸ ਨੇ ਉਜਾਈ ਸੀ ਉੱਤਰ অপਸ਼ਨ ਆੜਾ ਬੰਦਾ ਵੈਰਾਗੀ ਨੇ 7ਵਾਂ ਪ੍ਰਸ਼ਨ ਪਹਿਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਉੱਤਰ ਆਵੇਗਾ ਕਿੰਨੇ ਦਿਨ ਮੀਰ ਉਕਰੁੱਕੇ ਪੈਂਦਾ ਰਿਹਾ ਉੱਤਰ অপਸ਼ਨ ਆੜਾ 3-4 ਦਿਨ ਦੂਸਰਾ ਪਾਦੋ ਦੇਸੀ ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਹੈ ਉੱਤਰ অপਸ਼ਨ ਸ ਸੇਵਾਂ ਪਹਿਰੇ ਵਿੱਚ ਆਏ ਦੋ ਪੜਨਾਮ ਲਿਖੋ ਉੱਤਰ ਮੈਨੂੰ ਅਤੇ ਆਪ ਪਹਿਰੇ ਵਿੱਚ ਆਏ ਸੰਖਿਆਵਾਚਕ ਵਿਸ਼ੇਸ਼ਣ ਲਿਖੋ ਉੱਤਰ ਪਹਿਲੇ ਅਤੇ ਦੂਸਰਾ ਹੈ 4 ਤੇ ਪੰਜਵਾਂ ਹੈ ਪਹਿਰੇ ਵਿੱਚ ਆਏ ਦੋ ਵਸਤੂਵਾਚਕ ਨਾਮ ਲਿਖੋ ਉੱਤਰ ਪਾਣੀ ਅਤੇ ਕਾ ਸੋਇਸੀ ਆਪਸ਼ਨ ਊੜਾ ਤੇ ਹੁਣ ਆਪਾਂ ਆੜੇ ਵਾਲੇ ਵਧਦੇ ਹਾਂ ਸੋ ਜੋ ਵੀ ਮੈਂ ਤੁਹਾਨੂੰ ਕੁਐਸਚਨ ਦਿਖਾ ਰਿਹਾ ਹਾਂ ਸਾਰੇ ਹੀ ਬੇਹੱਦ ਜ਼ਰੂਰੀ ਹਨ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਹਨ ਸੋ ਸਾਰੇ ਕੁਐਸਚਨ ਨੂੰ ਧਿਆਨ ਨਾਲ ਸਟੱਡੀ ਜ਼ਰੂਰ ਕਰਨਾ ਹੈ ਤੇ ਨਾਲ ਹੀ ਇਹ ਜੀ ਪੀਡੀਐਫ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਜੀਐਸ ਅਪਡੇਟਸ ਪੀਐਸਸੀਬੀ ਤੇ ਮਿਲ ਜਾਵੇਗੀ ਸੋ ਮੇਰਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲੈਣਾ ਹੈ ਜੀਐਸ ਅਪਡੇਟਸ ਪੀਐਸਸੀਬੀ ਨਾਮ ਦੇ ਟੈਲੀਗ੍ਰਾਮ ਦਾ ਚੈਨਲ ਹੈ ਤੇ ਜੇਕਰ ਐਗਜ਼ਾਮ ਦੇ ਵਿੱਚ ਵਧੀਆ ਕਰ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਜੀਐਸ ਅਪਡੇਟਸ 15 ਨਾਮ ਤੋਂ ਇੰਸਟਾਗ੍ਰਾਮ ਦੀ ਆਈਡੀ ਹੈ ਸੋ ਪ੍ਰਸ਼ਨ 8ਵਾਂ ਹੈ ਹੇਠ ਲਿਖਿਆ ਕਾਵ 17 ਦਾ ਭਾਵ ਸਪਸ਼ਟ ਕਰੋ। ਸੋ ਕਾਵ 17 ਪੜ੍ਹ ਸਕਦੇ ਹੋ ਤੇ ਉੱਤਰ ਆਵੇਗਾ। ਇਸ ਕਾਵ ਟੋਟੇ ਵਿੱਚ ਕਵੀ ਤਰਤੀਬ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਤਰਤੀਬ ਦਾ ਜਨਮ ਸੂਰਜ ਤੋਂ ਹੋਇਆ ਹੈ ਅਤੇ ਸੂਰਜ ਦੁਆਲੇ ਘੁੰਮਣਾ ਤਰਤੀਬ ਦਾ ਪੱਕਾ ਨਿਯਮ ਹੈ। ਵਕ ਵਕ ਰੁੱਤਾਂ ਜਿਵੇਂ ਗਰਮੀ, ਮੀਂ, ਬਸੰਤ, ਸਿਆਲ ਵਾਰੋ-ਵਾਰੀ ਤਰਤੀਬ ਦਾ ਹਾਲ ਪੁੱਛਦੀਆਂ ਹਨ। ਜਾਂ ਫਿਰ ਜੋ ਜਿੱਥੇ ਗਏ ਤੁਹਾਨੂੰ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦੇ ਹੋ ਦੂਸਰੀ ਕਵ 17 ਪੜ੍ਹ ਸਕਦੇ ਹੋ ਤੇ ਜਵਾਬ ਉੱਤਰ ਆਵੇਗਾ ਇਸ ਕਵਟੋਟੇ ਵਿੱਚ ਕਵੀ ਕਹਿੰਦਾ ਹੈ ਕਿ ਮਨੁੱਖ ਜੇ ਤੇਰੇ ਮਨ ਦੇ ਆਕਾਸ਼ ਉੱਤੇ ਕਿਸੇ ਕਾਰਨ ਉਦਾਸੀ ਫੈਲ ਜਾਵੇ ਤਾਂ ਤੂੰ ਆਪਣੇ ਮਨ ਨੂੰ ਉਸ ਦੇ ਗੁਲਾਮ ਨਾ ਹੋਣ ਦੇਵੀਂ ਮਾਲਕ ਨਾ ਬਣਨ ਦੇਵੀਂ ਸਗੋਂ ਉਸ ਨੂੰ ਆਪਣੇ ਮਨ ਦਾ ਗੁਲਾਮ ਬਣਾ ਦੇਵੀਂ ਫਿਰ ਹੈ ਪ੍ਰਸ਼ਨ ਨੁਮਾ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 5 ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਹੈ ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਉੱਤਰ ਇਸ ਕਵਿਤਾ ਵਿੱਚ ਸ਼ਹੀਦ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤ ਰਾਏ சிவாਜੀ ਅਤੇ ਮਹਾਰਾਣਾ ਪ੍ਰਤਾਪ ਆਦ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਦੂਸਰਾ ਪ੍ਰਸ਼ਨ ਹੈ ਪੰਜਾਬ ਕੋਰ ਦੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਉਤਰ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਉਸ ਪਾਸੋਂ ਆਪਣੇ ਬੱਚਿਆਂ ਦਾ ਅ ਅਨਿਦਰਾ ਨਹੀਂ ਸਹਿ ਹੁੰਦਾ ਸੀ ਉਹ ਆਪਣੇ ਬੱਚਿਆਂ ਨੂੰ ਮੱਛੀ ਵਾਂਗ ਭੁੰਨ ਹੁੰਦਿਆਂ ਕਿਵੇਂ ਦੇਖ ਸਕਦੀ ਸੀ ਉਸ ਦੀ ਆਪਣੀ ਉਮਰ ਬੀ ਚੁੱਕੀ ਸੀ ਪਰ ਉਸ ਨੂੰ ਆਪਣੇ ਬੱਚਿਆਂ ਦੀ ਉਮਰ ਖਰਾਬ ਕਰਨ ਦਾ ਕੋਈ ਹੱਕ ਨਹੀਂ ਸੀ ਨੈਕਸਟ ਹੈ ਪ੍ਰਸ਼ਨ ਤੀਸਰਾ ਗੁਰੂ ਅਰਜਨ ਦੇਵ ਜੀ ਦੇ ਸ਼ਾਹ ਕਾ ਰਚਨਾ ਕੇडीसी ਉਸ ਬਾਰੇ ਕੁਝ 17 ਲਿਖੋ ਉੱਤਰ ਗੁਰੂ ਅਰਜਨ ਦੇਵ ਜੀ ਦੀ ਸ਼ਾਹ ਕਾ ਰਚਨਾ ਸੁਖਮਨੀ ਸਾਹਿਬ ਹੈ ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨ ਸੰਤ ਭਗਤ ਬ੍ਰਹਮ ਗਿਆਨੀ ਜੀਵਨ ਜਗਤ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹੋਏ ਹਨ ਚੌਥਾ ਹੈ ਪੰਜਾਬ ਦੇ ਲੋਕ ਨਾਚ ਕਿਹੜੇ-ਕਿਹੜੇ ਹਨ ਉੱਤਰ ਪੰਜਾਬ ਦੇ ਬਹੁਤ ਸਾਰੇ ਲੋਕ ਨਾਚ ਹਨ ਜਿੰਨਾਂ ਵਿੱਚੋਂ ਬਹੁਤ ਸਾਰੇ ਅਲੋਪ ਹੋ ਚੁੱਕੇ ਹਨ ਪਰ ਅਜੇ ਵੀ ਭੰਗੜਾ ਗਿੱਧਾ ਲੁੱਡੀ ਧਮਾਲ ਸੰਮੀ ਕਿੱਕਲੀ ਝੁਮਰ ਆਦ ਲੋਕ ਨਾਚ ਹਰਮਨ ਪਿਆਰੇ ਹਨ ਪੰਜਵਾਂ ਪ੍ਰਸ਼ਨ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਦੇਖੀਆਂ ਉੱਤਰ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਰੌਗ ਗਾਰਡਨ ਰੋਜ਼ ਗਾਰਡਨ ਅਜਾਇਬ ਘਰ ਪੰਜਾਬ ਯੂਨੀਵਰਸਿਟੀ ਸੁਖਨਾ ਝੀਲ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਥਾਵਾਂ ਦੇਖੀਆਂ ਛੇਵਾਂ ਪ੍ਰਸ਼ਨ ਹੈ ਬੱਚਿਆਂ ਨੂੰ ਕਿਹੜੀ ਗੱਲ ਪਿਆ ਸਾਗਰ ਲੱਗਦੀ ਸੀ ਤੇ ਕਿਉਂ ਉੱਤਰ ਬਾਪੂ ਅਤੇ ਕਾਮੇ ਨੂੰ ਖੇਤਾਂ ਵਿੱਚ ਰੋਟੀ ਫੜਾਉਣ ਜਾਣ ਵੇਲੇ ਲੇਖਕ ਅਤੇ ਉਸ ਦੀ ਭੈਣ ਨੂੰ ਜਰਨੈਲੀ ਸੜਕ ਪਾਰ ਕਰਕੇ ਜਾਣਾ ਪੈਂਦਾ ਸੀ ਉਸ ਸੜਕ ਉੱਤੇ ਜੰਗਲੀਆਂ ਪਠਾਨਾਂ ਰਾਸ਼ੀਆਂ ਆਦ ਦਾ ਕਾਫੀ ਲੰਘਣਾ ਹੁੰਦਾ ਸੀ ਅਤੇ ਉਹਨਾਂ ਨੂੰ ਰਸ਼ ਤੋਂ ਘਰ ਬੈਠੇ ਹੀ ਡਰ ਲੱਗਦਾ ਸੀ ਸਤਵਾਂ ਪ੍ਰਸ਼ਨ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਨੀਂ ਕਿਸ ਤੋਂ ਅਤੇ ਕਦੋਂ ਰਖਵਾਈ ਗਈ ਉੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1588 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂ ਮੁਸਲਮਾਨ ਫਕੀਰ ਸਾਈ ਮੀਆਂ ਉਮੀਰ ਤੋਂ ਰਖਵਾਈ ਫਿਰ ਪ੍ਰਸ਼ਨ ਦਸਵਾਂ ਕੋਈ ਪੰਜ ਸ਼ਬਦਾਂ ਮੁਹਾਵਰਿਆਂ ਨੂੰ ਵਾਕਾਂ ਵਿੱਚ ਬਦਲੋ ਸੋ ਕੁਲ 10 ਸੰਗਤ ਤੁਹਾਡਾ ਪ੍ਰਸ਼ਨ ਦਸਵਾਂ ਹੋਵੇਗਾ ਸੋ ਨਾਲ ਨਾਲ ਤੁਸੀਂ ਉੱਤਰ ਨੋਟ ਕਰ ਸਕਦੇ ਹੋ ਉੱਤਰ ਊੜਾ ਦਿਲਾਸਾ ਦਿਲਰਾਜ ਸਿੰਘ ਨੇ ਆਪਣੀ ਮੰਮੀ ਨੂੰ ਦਿਲਾਸਾ ਦਿੰਦਿਆਂ ਹੋਇਆ ਕਿਹਾ ਕਿ ਉਹ ਜਲਦੀ ਹੀ ਘਰ ਵਾਪਸ ਆ ਜਾਵੇਗਾ ਅੜਾ ਥਰਥਰ ਕਮਣਾ ਹਰੀ ਸਿੰਘ ਨਲਵਾ ਤੋਂ ਵੈਰੀ ਥਰਥਰ ਕੰਦੇ ਸਨ ਯੋਗਦਾਨ ਮਨਜੀਤ ਨੇ ਲੰਗਰ ਵਿੱਚ ਸੇਵਾ ਕਰਕੇ ਆਪਣਾ ਥੋੜਾ ਜਿਹਾ ਯੋਗਦਾਨ ਪਾਇਆ ਸਸਾ ਦੰਦ ਖੱਟੇ ਕਰਨਾ ਭਾਰਤੀ ਫੌਜ ਆਪਣੇ ਦੁਸ਼ਮਨਾ ਦੇ ਦੰਦ ਖੱਟੇ ਕਰਨਾ ਚੰਗੀ ਤਰ੍ਹਾਂ ਜਾਣਦੀ ਹੈ ਹਾ ਹਾ ਮੰਜ਼ਲ ਬਹਾਦਰ ਬੰਦੇ ਆਪਣੇ ਮੰਜ਼ਲ ਤੇ ਪਹੁੰਚ ਕੇ ਹੀ ਦਮ ਲੈਂਦੇ ਹਨ ਕਕਾ ਹਿੰਮਤ ਸਾਨੂੰ ਮੁਸ਼ਕਿਲ ਵੇਲੇ ਹਿੰਮਤ ਤੋਂ ਕੰਮ ਲੈਣਾ ਚਾਹੀਦਾ ਹੈ ਫੁੱਲੇ ਨਾਲ ਸਮਾਉਣਾ ਆਪਣੇ ਵੱਡੇ ਭਰਾ ਦੇ ਵਿਆਹ ਤੇ ਪ੍ਰਿਆ ਫੁੱਲੇ ਨਾਲ ਸਮਾਰਹੀ ਸੀ ਪ੍ਰਤਿਭਾ ਸਾਨੂੰ ਆਪਣੀ ਪ੍ਰਤਿਭਾ ਛੁਪਾ ਕੇ ਨਹੀਂ ਰੱਖਣੀ ਚਾਹੀਦੀ ਸਗੋਂ ਉਸ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਪ੍ਰਸ਼ਨ 11ਵਾਂ ਪੜਨਾਵ ਤੋਂ ਕੀ ਭਾਵ ਹੈ? ਉੱਤਰ ਜਿਹੜੇ ਸ਼ਬਦ ਨਾਵ ਦੀ ਥਾਂ ਵਰਤੇ ਜਾਵੇ ਉਸ ਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਅਤੇ ਉਹ। ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ। ਸੋ ਪੰਜ ਵਿਸ਼ੇ ਦਿੱਤੇ ਗਏ ਹਨ। ਪੰਜੇ ਹੀ ਵਿਸ਼ੇ ਬੇहद ਜ਼ਰੂਰੀ ਹਨ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ। ਸੋ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਟੌਪਿਕ ਦੇ ਉੱਪਰ ਲੇਖ ਲਿਖਣਾ ਹੋਵੇਗਾ ਸੋ ਕੁਝ 10 ਸੰਗ ਦਾ ਤੁਹਾਡਾ ਪ੍ਰਸ਼ਨ 12ਵਾਂ ਹੋਵੇਗਾ ਪਹਿਲਾ ਹੈ ਅੱਖੀ ਟਿੱਠਾ ਮੇਲਾ ਸੋ ਇਸ ਨੂੰ ਤੁਸੀਂ ਹੁਣ ਨੋਟ ਕਰ ਸਕਦੇ ਹੋ ਮੈਂ ਉੱਤਰ ਤੁਹਾਨੂੰ ਸਕਰੋਲ ਕਰਕੇ ਦਿਖਾ ਦੇਣਾ ਹਾਂ ਤੇ ਬਿਲਕੁਲ ਇਸੇ ਤਰ੍ਹਾਂ ਪੁਆਇੰਟਾਂ ਦੇ ਵਿੱਚ ਤੁਸੀਂ ਉੱਤਰ ਦੇਣਾ ਹੋਵੇਗਾ ਮੇਲੇ ਚਾਂਦੀ ਦੀ ਤਿਆਰੀ ਮੇਲੇ ਦਾ ਦ੍ਰਿਸ਼ ਸੋ ਬਾਕੀ ਦਾ ਜੋ ਪੈਰਾ ਹੈ ਉਹ ਤੁਸੀਂ ਨੋਟ ਕਰ ਸਕਦੇ ਹੋ ਫਸਲਾਂ ਨਾਲ ਸੰਬੰਧ ਇਤਿਹਾਸਿਕ ਮਹਾਨਤਾ ਪਵਿੱਤਰਤ ਲਾਭ ਵਿੱਚ ਇਸ਼ਨਾਨ ਕਰਨਾ ਖਾਣਾ ਪੀਣਾ ਅਤੇ ਝੂਟੇ ਲੈਣਾ ਮੇਲੇ ਵਿੱਚ ਕੁਸ਼ਤੀ ਅਤੇ ਹੋਰ ਖੇਡਾਂ ਕਰਨੋਂ ਵਾਪਸੀ ਤੇ ਫਿਰ ਹੈ ਸਿੱਟਾ ਦੂਸਰਾ ਟੌਪਿਕ ਹੈ ਪ੍ਰਦੂਸ਼ਣ ਦੀ ਸਮੱਸਿਆ ਭੂਮਿਕਾ ਹਵਾ ਪ੍ਰਦੂਸ਼ਣ ਦੂਸ਼ਿਤ ਪਾਣੀ ਮਿੱਟੀ ਪ੍ਰਦੂਸ਼ਿਤ ਹੋਣਾ ਦ੍ਰਿਸ਼ਤਾ ਦਾ ਨੁਕਸਾਨ ਸ਼ੋਰ ਪ੍ਰਦੂਸ਼ਣ ਪ੍ਰਦੂਸ਼ਣ ਦੇ ਬੁਰੇ ਅਸਰ ਪ੍ਰਦੂਸ਼ਣ ਰੋਕਣ ਦੇ ਉਪਾਅ ਸਿੱਟਾ ਪ੍ਰਸ਼ਨ 3 ਹੈ ਮੁਖਤਿਆਪਕ ਨੂੰ ਫੀਸ ਮੁਆਫੀ ਦੀ ਅਰਜੀ ਲਿਖੋ ਸੋ ਉੱਤਰ ਬਿਲਕੁਲ ਇਸ ਸਟਰਕਚਰ ਦੇ ਅਕੋਰਡਿੰਗ ਤੁਸੀਂ ਲੈਟਰ ਲਿਖਣੀ ਹੋਵੇਗੀ ਤਾਂ ਹੀ ਤੁਹਾਨੂੰ ਪੂਰੇ ਅੰਕ ਦਿੱਤੇ ਜਾਣਗੇ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲੜ ਮੁਹਾਲੀ ਸ਼੍ਰੀਮਾਨ ਜੀ ਉਸ ਤੋਂ ਬਾਅਦ ਤੁਸੀਂ ਮੇਨ ਪੈਰਾ ਲਿਖ ਦੇਣਾ ਹੈ ਤੇ ਲਾਸਟੇ ਆਪਦੀ ਆਗਿਆਕਾਰੀ ਤੇ ਫਿਰ ਆਪਣਾ ਨਾਮ ਰੋਲ ਨੰਬਰ ਜਮਾਤ ਤੇ ਮਿਤੀ ਲਿਖ ਦੇਣੀ ਹੈ ਤੇ ਚੌਥ ਜੁੱਤੀ ਗਈ ਹੈ ਜਾਂ ਫਿਰ ਮਿਊਂਸਪਲ ਕਮੇਟੀ ਦੇ ਪ੍ਰਧਾਨ ਨੂੰ ਆਪਣੇ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਨਿਕਾਸ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ ਸੇਵਾ ਵਿਖੇ ਪ੍ਰਧਾਨ ਸਾਹਿਬ ਮ्युनਿਸਪਲ ਕਮੇਟੀ ਖਰੜ ਜ਼ਿਲ੍ਹਾ ਐਸਐਸ ਨਗਰ ਸ਼੍ਰੀਮਾਨ ਜੀ ਸੋ ਇਸ ਤੋਂ ਬਾਅਦ ਮੈਂ ਤੁਸੀਂ ਟੌਪਿਕ ਦੇ ਉੱਪਰ ਪੈਰ ਲਿਖ ਦੇਣਾ ਹੈ ਤੇ ਉਸ ਤੋਂ ਬਾਅਦ ਧੰਨਵਾਦ ਸਹਿਤ ਆਪ ਦਾ ਵਿਸ਼ਵਾਸਪਾਤਰ ਨਾਮ ਮਕਾਨ ਨੰਬਰ ਤੇ ਐਡਰੈਸ ਤੇ ਮਿਤੀ ਲਿਖ ਦੇਣੀ ਹੈ ਫਿਰ ਹੈ ਪ੍ਰਸ਼ਨ 14 ਇਹ ਲਿਖਿਆ ਦੱਬਿਆਂ ਵਿੱਚ ਦੱਬਿਆਂ ਵਿੱਚੋਂ ਘੱਟੋ ਘੱਟ 8 ਸਾਰਥਕ ਸ਼ਬਦ ਚੁਣ ਕੇ ਲਿਖੋ ਸੋ ਗੁੱਲ 89 ਨੰਬਰ ਦਾ ਪ੍ਰਸ਼ਨ 14ਵਾਂ ਹੋਵੇਗਾ ਸੋ ਇੱਕ ਡੱਬਾ ਦਿੱਤਾ ਜਾਵੇਗਾ ਤੇ ਇਸ ਦੇ ਵਿੱਚ ਕਈ ਵਰਡਸ ਲਿਖੇ ਹੋਏ ਹਨ ਤੇ ਉਹਨਾਂ ਦੇ ਵਿੱਚੋਂ ਤੁਸੀਂ 8 ਜੋ ਵਰਡਸ ਬਣਦੇ ਹਨ ਉਹਨਾਂ ਨੂੰ ਚੁਣ ਕੇ ਲਿਖਣਾ ਹੋਵੇਗਾ ਸੋ ਉੱਤਰ ਤੁਸੀਂ ਦੇਖ ਸਕਦੇ ਹੋ ਫੇਰ ਹੈ ਪ੍ਰਸ਼ਨ 15ਵਾਂ ਨਾਮ ਤੋਂ ਕੀ ਭਾਵ ਹੈ ਉਦਾਹਰਣ ਸਹਿਤ ਦੱਸੋ ਉੱਤਰ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦ ਦਾ ਬੋਧ ਕਰਵਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਸਿਮਰਨ ਸਿੰਘ ਸੋਨਾ ਜਲੰਧਰ ਮਿੱਠਾ ਜਮਾਤ ਆਦਿ ਜਾਂ ਫਿਰ ਵਿਸ਼ੇਸ਼ਣ ਤੋਂ ਕੀ ਭਾਵ ਹੈ ਉਦਾਹਰਣ ਸਹਿਤ ਦੱਸੋ ਉੱਤਰ ਵਿਸ਼ੇਸ਼ਣ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਸ਼ਾਲੀਨੀ ਬੁੱਧੀਮਾਨ ਹੈ ਗੀਤਾ ਸੋਣੀ ਕੁੜੀ ਹੈ ਮੁੰਡਾ ਉਦਮੀ ਹੈ ਸੋ ਏ ਆਈ ਜੇ ਕੁਝ ਐਗਜ਼ਾਮਪਲਸ ਸੋ ਜੀ ਹਾਂ ਦੋਸਤੋ ਏਸੀ ਤੁਹਾਡੇ ਸਭ ਦੇ ਲਈ ਫੁਲੀ ਸੋਲਡ ਸੈਂਪਲ ਪੇਪਰ ਜਮਾਤ 8ਵੀਂ ਪੰਜਾਬੀ ਦਾ ਸੋ ਉਮੀਦ ਹੈ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮਿਲਦੇ ਹਾਂ ਨੈਕਸਟ ਵੀਡੀਓ ਬਾਏ ਬਾਏ ਟਾਟਾ ਧੰਨਵਾਦ